अगली जानकारी आपने देनी है बई जी, पिछले प्रोग्राम च आपां दस्या सी वी 17 ऑक्यूपेशंस ने जिन्हां नूं प्रायोरिटी दे आधार ते सरकार ने एक लिस्ट अलग बनाती जिन्हों पीएम एसओएल बोलते हैं। लास्ट वीक इनविटेशन आए मेडिकल बैकग्राउंड वाले, आई थिंक लैबोरेटरी साइंटिस्ट ते मेडिकल प्रैक्टिशनर, कोई मैनू मतलब डिपार्टमेंट वालों इनफॉरमेशन नहीं, मेरे कलीग ने दसिया मेडिकल प्रोफेशन अपनी एक्सप्रेशन ऑफ इंटरस्ट इंटैक्ट रखो। जे तुसी किसी स्टेट का जो एंट्रम प्रोग्राम ओपन होया होया ਜਿਹੜੇ ਥੋੜੇ ਥੋੜੇ ਇਨਵੀਟੇਸ਼ਨ ਆਪਾਂ ਅੱਗੇ ਜਾ ਕੇ ਇਹਦੀ ਵੀ ਗੱਲ ਕਰਦੇ ਹਾਂ, ਸਟੇਟਸ ਨੂੰ ਮਿਲੇ ਆ ਫੈਡਰਲ ਗਵਰਨਮੈਂਟ ਵੱਲੋਂ, ਜੇ ਤੁਸੀਂ ਐਲੀਜੀਬਲ ਹੋ ਤਾਂ ਮੈਂ ਕਹੂੰਗਾ 100% ਆਪਣੀ ਐਪਲੀਕੇਸ਼ਨ ਆ ਜਿਹੜੀ, ਜੇ ਐਲੀਜੀਬਿਲਟੀ ਬਣਦੀ ਆ ਤਾਂ ਉਹਨੂੰ ਲੌਜ ਕਰੋ, ਚਾਂਸ ਕਾਫੀ ਨੇ। ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਐਪਲੀਕੈਂਟਸ ਕੰਮ ਕਰ ਰਹੇ ਆ ਉਹਨਾਂ ਨੂੰ ਇਨਵੀਟੇਸ਼ਨ ਆਉਣ ਦੇ, ਚਾਹੇ ਉਹ 491 ਹੋਵੇ, ਚਾਹੇ ਉਹ 190 ਹੋਵੇ, ਚਾਹੇ ਉਹ 189 ਹੋਵੇ। ਮਤਲਬ ਕਿ ਇਸ ਵੇਲੇ ਵੀ ਡਿਮਾਂਡ ਡਰਿਵਨ ਥੋੜੀ ਬਹੁਤ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹ ਚੱਲ ਰਹੀ ਆ, ਖਾਸ ਕਰਕੇ ਜਿਹੜੇ ਮੈਡੀਕਲ ਫੀਲਡ ਦੇ ਵਿੱਚ ਜਾਂ ਮੈਡੀਕਲ ਰਿਸਰਚ ਦੇ ਵਿੱਚ ਨੇ, ਉਹਨਾਂ ਦਾ ਜਿਹੜਾ ਪੁਆਇੰਟਸ ਦਾ ਥ੍ਰੈਸ਼ਹੋਲਡ ਆ ਉਹ ਕਾਫੀ ਥੱਲੇ ਆਇਆ ਹੋਇਆ। ਹੁਣ ਆਪਾਂ ਦੂਜੀ ਗੱਲ ਕਰਨੀ ਆ ਬਾਈ ਜੀ, ਸਟੇਟਸ ਨੂੰ ਥੋੜਾ ਥੋੜਾ ਕੋਟਾ ਅਸਾਈਨ ਹੋਇਆ, ਠੀਕ ਹੈ। ਹੁਣ ਮੈਨੂੰ ਬਹੁਤ ਵਾਰੀ ਸੱਜਣ ਪੁੱਛ ਲੈਂਦੇ ਨੇ ਵੀ ਜੀ ਮੈਂ ਕਿਹੜੀ ਸਟੇਟ ਦੇ ਵਿੱਚ ਜਾ ਕੇ ਪੜ੍ਹਾਈ। ਤੁਸੀਂ ਕੁਐਸਚਨ ਦਾ ਨਾ ਥੋੜਾ ਜਿਹਾ ਰੂਪ ਚੇਂਜ ਕਰੋ, ਤੁਸੀਂ ਇਹ ਪੁੱਛਿਆ ਕਰੋ ਜਦੋਂ ਵੀ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਕੰਸਲਟੈਂਟ ਨੂੰ ਆਪਣਾ ਕੁਐਸਚਨ ਪੁੱਛਦੇ ਹੋ ਨਾ, ਇਹ ਕਿਹਾ ਕਰੋ ਵੀ ਮੇਰਾ ਇੰਟਰਸਟ ਆ ਆਕੂਪੇਸ਼ਨ ਦੇ ਵਿੱਚ, ਪਿਛਲੇ ਸਮੇਂ ਤੋਂ ਇਸ ਆਕੂਪੇਸ਼ਨ ਦੇ ਵਿੱਚ ਕਿਹੜਾ ਸਟੇਟ ਇਨਵਾਈਟ ਮੈਕਸੀਮਮ ਕਰ ਰਿਹਾ ਸੀ, ਠੀਕ ਹੈ। ਹੁਣ ਜੇ ਮੈਨੂੰ ਕੋਈ ਅੱਜ ਕੱਲ੍ਹ ਜੇ ਮੈਂ ਰੈਂਡਮ ਹਿੱਟ ਮਾਰਨਾ ਹੋਵੇ ਤਾਂ ਮੈਂ ਕਹੂੰਗਾ ਸਾਊਥ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਲਓ ਜਾਂ ਨਿਊ ਸਾਊਥ ਵੇਲ ਦੇ ਰੀਜਨਲ ਏਰੀਏ ਚ ਜਾ ਕੇ ਪੜ੍ਹਾਈ ਕਰ ਲਓ, ਠੀਕ ਆ, ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਚ ਬੈਨੀਫਿਟ ਮਿਲ ਸਕੇ। ਹੁਣ ਐਂਟਰਮ ਐਲੋਕੇਸ਼ਨ ਜਿਹੜੀ ਹੋਈ ਆ ਸਬ ਕਲਾਸ 190 ਦੀ ਜਾਂ ਸਬ ਕਲਾਸ 491 ਦੀ, ਸਾਰੀਆਂ ਸਟੇਟਸ ਐਂਡ ਟੈਰੀਟਰੀਜ ਉਹਨਾਂ ਨੂੰ ਜਿਹੜਾ ਟੋਟਲ ਕੋਟਾ 190 ਦਾ ਐਂਟਰਮ ਐਲੋਕੇਸ਼ਨ ਚ ਮਿਲਿਆ ਉਹ 2430 ਹੈ, ਤੇ ਜਿਹੜਾ 491 ਦਾ ਟੋਟਲ ਕੋਟਾ ਉਹ 1715। ਮਤਲਬ ਕਿ ਮੈਨੂੰ ਇਹ ਲੱਗਦਾ ਸੀ ਵੀ ਐਡਾ ਨੰਬਰ ਵੀ ਨਹੀਂ ਹੋਣਾ, ਠੀਕ ਆ। ਜੇ ਨੰਬਰ ਦੀ ਗੱਲ ਕਰੀਏ ਤਾਂ 4000 ਤੋਂ ਉੱਪਰ 4100 ਟੋਟਲ ਦੋਨਾਂ ਦਾ ਕਰ ਲਈਏ ਤਾਂ ਇੰਨੇ ਇਨਵੀਟੇਸ਼ਨ ਥੋੜੇ ਸਮੇਂ ਦੇ ਵਿੱਚ ਆਉਣਗੇ। ਆਉਣਗੇ ਕਿੰਨਾ ਨੂੰ, ਜਿਹੜੀਆਂ ਸਟੇਟਸ ਨੇ ਕ੍ਰਿਟੀਕਲ ਸੈਕਟਰ ਦੇ ਵਿੱਚ ਆਕੂਪੇਸ਼ਨ ਪਬਲਿਸ਼ ਕੀਤੀਆਂ ਨੇ, ਜਿਹੜੇ ਐਪਲੀਕੈਂਟ ਉਸ ਸਟੇਟ ਦੇ ਵਿੱਚ ਕੰਮ ਕਰ ਰਹੇ ਆ ਉਹ ਕ੍ਰਾਈਟੇਰੀਆ ਮੀਟ ਕਰਦੇ ਆ। ਇੱਥੇ ਇੱਕ ਦੇਖਣ ਵਾਲੀ ਗੱਲ ਇਹ ਆ, ਸਾਊਥ ਆਸਟ੍ਰੇਲੀਆ ਬਹੁਤ ਇੱਕ ਛੋਟਾ ਸੂਬਾ ਮੰਨਿਆ ਜਾਂਦਾ ਐਜ਼ ਕੰਪੇਅਰ ਟੂ, ਜੇ ਆਪਾਂ ਸਟੂਡੈਂਟਸ ਦੀ ਆਮਦ ਦੀ ਗੱਲ ਕਰੀਏ, ਕੁਈਨਜ਼ਲੈਂਡ ਵਿਕਟੋਰੀਆ ਤੇ ਨਿਊ ਸਾਊਥ ਵੇਲ ਤੋਂ ਬਾਅਦ ਸਾਊਥ ਆਸਟ੍ਰੇਲੀਆ ਦਾ ਨੰਬਰ ਹੁੰਦਾ, ਪਰ ਜਿਹੜੀ ਐਂਟਰਮ ਐਲੋਕੇਸ਼ਨ ਆ ਹਮੇਸ਼ਾ ਹੀ ਸਾਊਥ ਆਸਟ੍ਰੇਲੀਆ 491 ਤੇ 190 ਬਹੁਤ ਐਪਲੀਕੈਂਟਸ ਨੂੰ ਪ੍ਰੋਵਾਈਡ ਕਰਦਾ ਰਿਹਾ। ਬਾਕੀ ਸਾਰੀਆਂ ਸਟੇਟਸ ਨਾਲੋਂ ਜ਼ਿਆਦਾ ਨੇ, ਪਹਿਲਾਂ ਵੀ ਜ਼ਿਆਦਾ ਹੀ ਹੁੰਦੇ ਆ, ਠੀਕ ਆ। ਜੇ ਆਪਾਂ ਗੱਲ ਕਰੀਏ 190 ਦੀ, ਲਾਸਟ ਪ੍ਰੋਗਰਾਮ ਚ ਆਪਾਂ ਨੇ ਗੱਲ ਕੀਤੀ ਸੀ ਵਿਕਟੋਰੀਆ ਦੀ, ਵਿਕਟੋਰੀਆ ਨੇ ਇੰਟਰਮ ਐਲੋਕੇਸ਼ਨ ਦੀ ਸ਼ਰਤਾਂ ਆਪਣੀਆਂ ਆਪਣੀ ਵੈਬਸਾਈਟ ਤੇ ਪਾਤੀਆਂ, ਇਸ ਵੇਲੇ ਓਪਨ ਆ, ਠੀਕ ਆ। 190 ਦੇ ਉਹਨਾਂ ਨੇ 600 ਇਨਵੀਟੇਸ਼ਨ ਦੇਣੇ ਆ, ਕਿੰਨਾ ਨੂੰ ਮਿਲਣੇ ਆ, ਜਿਹੜੇ ਐਪਲੀਕੈਂਟ ਆਨ ਸ਼ੋਰ ਪਿਛਲੇ 6 ਮਹੀਨੇ ਤੋਂ ਵਿਕਟੋਰੀਆ ਚ ਕੰਮ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਆਕੂਪੇਸ਼ਨ ਆ ਉਹ ਹੈਲਥ ਜਾਂ ਮੈਡੀਕਲ ਰਿਸਰਚ ਦੇ ਨਾਲ ਰਿਲੇਟਡ ਆ। ਇਸੇ ਤਰ੍ਹਾਂ ਹੀ ਤੁਸੀਂ ਨਿਊ ਸਾਊਥ ਵੇਲ ਦਾ ਦੇਖ ਸਕਦੇ ਹੋ, ਇਹ ਸਟੇਟਸ ਅਲੱਗ ਅਲੱਗ ਤਰੀਕੇ ਨਾਲ ਬਿਹੇਵ ਕਰਦੀਆਂ ਨੇ। ਜਿਹੜਾ ਸਾਊਥ ਆਸਟ੍ਰੇਲੀਆ ਉਹ ਪ੍ਰੈਫਰ ਕਰਦਾ ਐਪਲੀਕੈਂਟ ਨੂੰ 491 ਦਾ ਇਨਵੀਟੇਸ਼ਨ, ਕਿਉਂਕਿ ਉਹਨਾਂ ਨੂੰ ਇਹ ਆ ਵੀ ਸਾਡੀ ਪਾਪੂਲੇਸ਼ਨ ਇਨਕਰੀਜ਼ ਹੋਵੇ, 491 ਤੇ ਕੰਡੀਸ਼ਨ ਲੱਗ ਜਾਂਦੀ ਆ,
ਪੱਕੀ ਵੀ ਐਪਲੀਕੈਂਟ ਨੇ 5 ਸਾਲ ਦਾ ਵੀਜ਼ਾ ਮਿਲਣਾ, 3 ਸਾਲ ਰੀਜਨਲ ਏਰੀਆ ਚ ਰਹਿਣਾ ਤੇ ਜ਼ਿਆਦਾ ਚਾਂਸ ਹੁੰਦੇ ਆ ਪਰ ਉਹ ਸਾਊਥ ਆਸਟ੍ਰੇਲੀਆ ਚ ਰਹਿ ਕੇ ਕੰਮ ਕਰਦੇ ਆ। ਇਹ ਜਿਹੜੀਆਂ ਫਿਗਰਸ ਨੇ ਇਹ ਸਟੇਟ ਐਂਡ ਟੈਰੀਟਰੀ ਗਵਰਨਮੈਂਟ ਫੈਡਰਲ ਗਵਰਨਮੈਂਟ ਤੇ ਪੁਸ਼ ਕਰਕੇ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਇੰਨੇ ਕੁ ਇਨਵੀਟੇਸ਼ਨ ਦਿਓ, ਅਸੀਂ ਐਪਲੀਕੈਂਟਸ ਨੂੰ ਇਨਵਾਈਟ ਕਰਨਾ ਤਾਂ ਕਿ ਜਿਹੜੀ ਸਾਡੀ ਇਕੋਨਮੀ ਆ ਉਹ ਰਨਿੰਗ ਰਹੇ, ਜਾਂ ਜਿਹੜੇ ਐਪਲੀਕੈਂਟ ਆਲਰੇਡੀ ਉਹਨਾਂ ਸਟੇਟਸ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਮਾਣ ਦਿੱਤਾ ਜਾ ਸਕੇ, ਉਹਨਾਂ ਦੀ ਸਕਿਲਡ ਮਾਈਗ੍ਰੇਸ਼ਨ ਆ ਜਿਹੜੀ ਹੋ ਸਕੇ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਮੀਨਸ ਜਿੰਨਾ ਕੁ ਮੈਂ ਸੋਚਦਾ ਸੀ ਉਦੋਂ ਵੱਧ ਇਨਵੀਟੇਸ਼ਨ ਹੈ। ਮੈਨੂੰ ਨਹੀਂ ਸੀ ਲੱਗਦਾ ਵੀ 4,42,000 ਵੀ ਇਸ ਮਹੀਨੇ ਦੇ ਵਿੱਚ ਇੱਕਣ ਕੋਟਾ ਖੁੱਲ ਸਕਦਾ ਸਟੇਟਸ ਦਾ। ਫੈਡਰਲ ਗਵਰਨਮੈਂਟ ਨੇ ਜਿਹੜਾ ਬਜਟ ਆ ਉਹ 6 ਅਕਤੂਬਰ ਨੂੰ ਰਿਲੀਜ਼ ਕਰਨਾ, ਉਸ ਤੋਂ ਬਾਅਦ ਮੈਨੂੰ ਆਸ ਆ ਵੀ ਅਲੱਗ ਅਲੱਗ ਸਟੇਟਸ ਬਹੁਤ ਜਲਦੀ, ਖਾਸ ਕਰਕੇ ਜਿਹੜੇ ਐਪਲੀਕੈਂਟ ਆਨਸ਼ੋਰ ਨੇ ਜਿਹੜੇ ਇੱਥੇ ਨੇ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਮੀਟ ਕਰਦੇ ਹੋਣਗੇ, ਠੀਕ ਆ, ਉਹਨਾਂ ਨੂੰ ਇਨਵੀਟੇਸ਼ਨ ਆਉਣਗੇ। ਆਫਸ਼ੋਰ ਤੋਂ ਜਿੰਨਾ ਚਿਰ ਕਰੋਨਾ ਦੀ ਸਥਿਤੀ ਹੈ ਜਿਹੜੀ ਨਾਰਮਲ ਨਹੀਂ ਹੁੰਦੀ, ਉਹਨਾਂ ਚਿਰ ਮੈਨੂੰ ਲੱਗਦਾ ਹਜੇ ਆਫਸ਼ੋਰ ਤੋਂ ਜਿਹੜੀ ਮਾਈਗ੍ਰੇਸ਼ਨ ਆ ਸਕਿਲਡ ਮਾਈਗ੍ਰੇਸ਼ਨ ਉਹ ਟੈਂਪਰਰੀਲੀ ਬੰਦ ਰਹੂਗੀ। ਪਰ ਇਹਦੇ ਵਿੱਚ ਕਹਿੰਦੇ ਹੁੰਦੇ ਵੀ ਕਿਸੇ ਨੂੰ ਮਾਂ ਵਧਦੀ ਕਿਸੇ ਨੂੰ ਮਾਂ ਸਿਖਾਉਂਦੀ। ਬਿਲਕੁਲ ਜੀ, ਜਿਹੜੇ ਆਨਸ਼ੋਰ ਐਪਲੀਕੈਂਟ ਆ ਜਿਹੜੇ ਸਟੂਡੈਂਟ ਇੱਥੇ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਐਜ ਲੌਂਗ ਐਜ ਉਹ ਆਪਣੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਉਸੇ ਸਟੇਟ ਦੇ ਵਿੱਚ ਜਿੱਥੇ ਰਹਿੰਦੇ ਨੇ ਉਹ ਕੰਮ ਕਰ ਰਹੇ ਹੋਣ। ਜਿਨ੍ਹਾਂ ਦਾ ਪੁਆਇੰਟ ਸਕੋਰ ਜ਼ਿਆਦਾ ਨਹੀਂ ਹੈਗਾ, ਮੈਂ ਜਨਰਲੀ ਗੱਲ ਦੱਸ ਦਿੰਦਾ, ਜਿਨ੍ਹਾਂ ਦਾ ਪੁਆਇੰਟ ਸਕੋਰ 75 ਜਾਂ 80 ਤੋਂ ਉੱਪਰ ਨਹੀਂ ਟੱਪਦਾ, ਕੋਸ਼ਿਸ਼ ਕਰੋ ਵੀ ਤੁਸੀਂ 491 ਤੇ ਫੋਕਸ ਕਰੋ। ਜਿਹੜੇ ਸਟੇਟ ਚ ਰਹਿ ਰਹੇ ਹੋ ਉਹਦੀਆਂ ਪਿਛਲੀਆਂ ਸ਼ਰਤਾਂ ਦੇਖੋ ਕੀ ਸੀਗੀਆਂ, ਘੱਟ ਤੋਂ ਘੱਟ ਉਹ ਸ਼ਰਤਾਂ ਮੀਟ ਕਰਨ ਲਈ ਕੋਸ਼ਿਸ਼ ਕੀਤੀ ਜਾਵੇ। ਫੋਰ ਐਗਜ਼ਾਮਪਲ ਵਿਕਟੋਰੀਆ 30 ਜੂਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਰੀਜਨਲ ਵਿਕਟੋਰੀਆ ਤੋਂ ਫੁੱਲ ਟਾਈਮ ਜੋਬ ਆਫਰ ਹੋਵੇ ਤਾਂ ਅਸੀਂ ਨੋਮੀਨੇਟ ਕਰਾਂਗੇ 491 ਲਈ। ਹੁਣ ਵੱਧ ਤੋਂ ਵੱਧ ਕੀ ਕਹਿ ਦੇਣਗੇ ਵੀ ਥੋੜਾ ਬਹੁਤ ਐਕਸਪੀਰੀਅੰਸ ਹੋਵੇ, ਠੀਕ ਆ। ਜੇ ਤੁਸੀਂ ਆਲਰੇਡੀ ਰੀਜਨਲ ਵਿਕਟੋਰੀਆ ਦੇ ਵਿੱਚ ਕਿਸੇ ਰੀਜਨਲ ਇੰਪਲਾਇਰ ਕੋਲੇ ਕੰਮ ਕਰ ਰਹੇ ਹਾਂ ਤਾਂ ਕਾਫੀ ਚਾਂਸ ਨੇ ਜਦੋਂ ਫੁੱਲ ਫਲੈਜਡ ਐਲੋਕੇਸ਼ਨ ਹੋਣੀ ਆ ਸਟੇਟਸ ਕੋਲੇ ਤਾਂ ਤੁਹਾਨੂੰ ਵਿਕਟੋਰੀਆ ਦੀ ਨੋਮੀਨੇਸ਼ਨ ਆ ਸਕਦੀ ਹੈ। ਸੇਮ ਹੀ ਫੰਡਾ ਫੋਰ ਐਗਜ਼ਾਮਪਲ ਨਿਊ ਸਾਊਥ ਵੇਲਜ਼ ਆ। ਨਿਊ ਸਾਊਥ ਵੇਲਜ਼ ਨੇ ਪਿਛਲੇ ਸਾਲ ਪਹਿਲਾਂ ਕ੍ਰਾਈਟੀਰੀਆ ਇਹ ਰੱਖਿਆ ਅੰਟਲ ਜੂਨ, ਵੀ ਜਿਹਨੇ 491 ਅਪਲਾਈ ਕਰਨੀ ਆ 1 ਸਾਲ ਤੋਂ ਉਹ ਰੀਜਨਲ ਚ ਕੰਮ ਕਰਦਾ ਹੋ। ਜਦੋਂ ਉਹਨਾਂ ਨੂੰ ਇਨਫ ਐਪਲੀਕੈਂਟਸ ਮਿਲੇ ਨੀ ਉਹਨਾਂ ਨੇ ਇਹ ਕਹਿਤਾ ਐਂਡ ਤੇ ਜਾ ਕੇ ਇਹੀ ਕਹਿਤਾ ਵੀ ਇਸ ਡੇਟ ਤੋਂ ਪਹਿਲਾਂ ਇੱਥੇ ਰਹਿੰਦਾ ਹੋ, ਠੀਕ ਆ। ਫਿਰ ਜਿਹੜੇ ਉਹ ਰੀਜਨਲ ਏਰੀਆ ਦੇ ਵਿੱਚ ਰਹਿ ਵੀ ਰਹੇ ਸੀ ਤੇ ਕੁਛ ਮਹੀਨਿਆਂ ਤੋਂ ਕੰਮ ਵੀ ਕਰ ਰਹੇ ਸੀ ਉਹਨਾਂ ਨੂੰ ਇਨਵੀਟੇਸ਼ਨ ਆ ਗਏ। ਜਿਹਨਾਂ ਨੇ ਉੱਥੇ ਮੂਵ ਹੋ ਕੇ ਇੰਸਟੈਂਟ ਐਪਲੀਕੇਸ਼ਨ ਲਾਈ ਉਹਨਾਂ ਦੀ ਐਪਲੀਕੇਸ਼ਨ ਜਾਂ ਤਾਂ ਰਿਫਿਊਜ਼ ਹੋ ਗਈਆਂ ਜਾਂ ਉਹਨਾਂ ਤੋਂ ਫਰਦਰ ਡਾਕੂਮੈਂਟੇਸ਼ਨ ਮੰਗੀ ਗਈ ਵੀ ਤੁਸੀਂ ਆਪਣੇ ਰਹਿਣ ਦਾ ਐਵੀਡੈਂਸ ਦਿਓ ਰੀਜਨਲ ਨਿਊ ਸਾਊਥ ਵੇਲਜ਼, ਠੀਕ ਆ। ਏਦਾਂ ਹੀ ਹੁਣ ਸਾਊਥ ਆਸਟ੍ਰੇਲੀਆ, ਹਾਂਜੀ, ਹੁਣ ਮੈਂ ਥੋੜਾ ਜਿਹਾ ਫੋਕਸ ਇਸ ਕਰਕੇ ਕਰ ਰਿਹਾ ਵੀ ਦਰਸ਼ਕ ਨੇ ਜਿਹੜੇ ਉਹ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖਣੇ, ਟਾਈਮ ਨੂੰ ਯੂਟੀਲਾਈਜ਼ ਕਰ ਲਓ। ਹੁਣ ਸਾਊਥ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਆਕੂਪੇਸ਼ਨ ਏਦਾਂ ਦੀਆਂ ਨੇ ਜੇ ਤੁਸੀਂ ਉੱਥੋਂ ਪੜ੍ਹੇ ਹੋ ਘੱਟ ਤੋਂ ਘੱਟ ਤੁਸੀਂ 46 ਹਫ਼ਤੇ ਉੱਥੇ ਪੜ੍ਹਾਈ ਕੀਤੀ ਆ ਸਾਊਥ ਆਸਟ੍ਰੇਲੀਆ ਦੇ ਕਿਸੇ ਐਜੂਕੇਸ਼ਨ ਪ੍ਰੋਵਾਈਡਰ ਕੋਲੇ, ਉਸ ਤੋਂ ਬਾਅਦ ਤੁਹਾਡੇ ਕੋਲੇ ਆਪਣੀ ਨੋਮੀਨੇਟਡ ਆਕੂਪੇਸ਼ਨ ਜਿਹੜੀ ਕਿ ਉਸ ਪੜ੍ਹਾਈ ਦੇ ਨਾਲ ਰਿਲੇਟਡ ਆ ਉਹਦੀ ਸਕਿੱਲ ਅਸੈਸਮੈਂਟ ਹੈਗੀ ਆ ਤੇ ਤੁਸੀਂ 3 ਮਹੀਨੇ 20 ਘੰਟੇ ਪਰ ਵੀਕ ਸਾਊਥ ਆਸਟ੍ਰੇਲੀਆ ਚ ਉਸ ਫੀਲਡ ਚ ਕੰਮ ਕਰ ਰਹੇ ਹੋ ਤਾਂ 491 ਦੇ ਚਾਂਸ ਕਾਫੀ ਨੇ। ਇਹ ਪਰਟੀਕੁਲਰ ਆਕੂਪੇਸ਼ਨ ਆ ਜਿਹੜੀ ਅਨਰੋਲ ਨਰਸ, ਬੜੇ ਇਨਵੀਟੇਸ਼ਨ ਆਏ ਨੇ 30 ਜੂਨ ਤੋਂ ਪਹਿਲਾਂ। ਮੈਂ ਆਸ ਕਰਦਾ ਹੁਣ ਵੀ ਸਾਊਥ ਆਸਟ੍ਰੇਲੀਆ ਇਸੇ ਪ੍ਰੋਸੀਜਰ ਨੂੰ ਕੰਟੀਨਿਊ ਕਰੂਗਾ ਕਿਉਂਕਿ ਜਿਹੜੀ ਇੰਟਰਮ ਐਲੋਕੇਸ਼ਨ ਆ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਸ਼ਰਤਾਂ ਰੱਖੀਆਂ ਹੋਈਆਂ ਨੇ। ਜੇ ਤੁਸੀਂ ਕਿਤੋਂ ਬਾਹਰੋਂ ਪੜ੍ਹਾਈ ਕੀਤੀ ਆ, ਫੋਰ ਐਗਜ਼ਾਮਪਲ ਕੋਈ ਸ਼ੈਫ ਆ, ਕੋਈ ਮੋਟਰ ਮਕੈਨਿਕ ਆ, ਕੋਈ ਮੇਕਰ ਆ, ਤੁਸੀਂ ਆਪਣਾ ਜੋਬ ਰੈਡੀ ਪ੍ਰੋਗਰਾਮ ਜਿਹੜਾ ਕਰਨਾ ਬਜਾਏ ਇਸ ਦੇ ਵੀ ਮੈਟਰੋ ਤੋਂ ਕਰੋ, ਉਹ ਜਾਂ ਤਾਂ ਰੀਜਨਲ ਨਿਊ ਸਾਊਥ ਵੇਲ ਜਾ ਕੇ ਕਰੋ ਜਾਂ ਸਾਊਥ ਆਸਟ੍ਰੇਲੀਆ ਚ ਕਰੋ। ਉਹਦਾ ਫਾਇਦਾ ਕੀ ਹੋਣਾ, ਨਾਲੇ ਤਾਂ ਤੁਹਾਡੇ 12 ਮਹੀਨੇ ਉਸ ਰੀਜਨਲ ਏਰੀਆ ਚ ਕੰਮ ਦੇ ਪੂਰੇ ਹੋ ਜਾਣਗੇ, ਨਾਲੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਸ ਸਟੇਟ ਦੀ ਐਲੀਜੀਬਿਲਟੀ ਕ੍ਰਾਈਟੀਰੀਆ ਜਿਹੜਾ ਉਹਨੂੰ ਸੈਟਿਸਫਾਈ ਕਰ ਦਵੋ। ਬਹੁਤ
ਈਜ਼ੀਲੀ ਨੋਮੀਨੇਸ਼ਨ ਹੋ ਸਕਦੀ ਹੈ। ਇਹ ਨਾ ਸੋਚੋ ਵੀ ਜੇ ਅੱਜ ਕੋਈ ਚੀਜ਼ ਓਪਨ ਹੋਈ ਅੱਜ ਆਪਾਂ ਬੋਰੀ ਬਿਸਤਰਾ ਗੋਲ ਕਰਕੇ ਉੱਥੇ ਭੱਜ ਲਈ। ਸਬਰ ਰੱਖ ਕੇ ਪਿੱਛੇ ਦਾ ਵਰਤਾਰਾ ਦੇਖ ਕੇ ਵੀ ਉਹ ਸਟੇਟਸ ਨੇ ਐਪਲੀਕੈਂਟਸ ਨਾਲ ਕ੍ਰਾਈਟੀਰੀਆ ਕਿੱਦਾਂ ਦਾ ਪਬਲਿਸ਼ ਕੀਤਾ ਜਾਂ ਕਿੱਦਾਂ ਦਾ ਐਪਲੀਕੈਂਟਸ ਮੰਗਿਆ। ਉੱਥੇ ਲੜੇ ਰਹੋ, ਸਬਰ ਰੱਖੋ, ਉਸੇ ਰੀਜਨਲ ਏਰੀਆ ਚ ਕੰਮ ਕਰਦੇ ਰਹੋ, ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਤੁਹਾਡਾ ਹੱਥ ਸਕਿੱਲਡ ਮਾਈਗ੍ਰੇਸ਼ਨ ਨੂੰ ਪੈ ਜਾਣਾ। ਠੀਕ ਆ, ਇਹ ਚੀਜ਼ਾਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਦਾ ਆਪਾਂ ਨੇ ਖਿਆਲ ਰੱਖਣਾ ਹੁੰਦਾ। ਠੀਕ ਆ, ਘਬਰਾਉਣ ਦੀ ਲੋੜ ਨਹੀਂ, ਸਬਰ ਰੱਖੋ। ਜਿੱਦਾਂ ਅਸੀਂ ਹਮੇਸ਼ਾ ਕਹਿੰਦੇ ਹਾਂ, ਦੇਖੋ ਪਰਮਾਨੈਂਟ ਰੈਜੀਡੈਂਸੀ ਮੁਸ਼ਕਲ ਤਾਂ ਹੈਗੀ ਆ, ਇਹ ਤਾਂ ਕੋਈ ਦੋ ਰਾਏ ਵਾਲੀ ਗੱਲ ਨੀ, ਪਰ ਮੁਸ਼ਕਲ ਹੋਣ ਦਾ ਕਾਰਨ ਜਿਹੜਾ ਸਭ ਤੋਂ ਵੱਡਾ ਉਹ ਇਹ ਆ ਵੀ ਜਿਹੜੀ ਕੰਪੀਟੀਸ਼ਨ ਇੰਡੀਆ ਦੇ ਵਿੱਚ ਸੀਗਾ ਉਹ ਸਾਰੇ ਸਟੂਡੈਂਟ ਇਹਨਾਂ ਮੁਲਕਾਂ ਚ ਭੱਜਣਾ। ਪਹਿਲਾਂ ਬੜੀ ਵਾਰੀ ਡਿਸਕਸ ਕੀਤਾ, ਉਹ ਕੰਪੀਟੀਸ਼ਨ ਇੱਥੇ ਜਨਰੇਟ ਹੋਇਆ ਪਿਆ। ਆਪਾਂ ਨੂੰ ਜੇ ਉਹ ਜਿਹੜਾ ਇੰਨਾ ਕੰਪੀਟੀਸ਼ਨ ਉਹਨੂੰ ਬੀਟ ਕਰਨ ਲਈ ਆਪਣੇ ਆਪ ਨੂੰ ਕਾਬਿਲ ਤਾਂ ਬਣਾਉਣਾ ਹੀ ਪੈਣਾ। ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਇਨਵੀਟੇਸ਼ਨ ਨੇ ਤੇ ਟੋਟਲ ਸਟੂਡੈਂਟਸ ਦੀ ਗੱਲ ਕਰੀਏ ਉਹ ਤਾਂ 10-15% ਹੀ ਆ ਕੋਟਾ। ਠੀਕ ਆ, ਜੇ ਤੁਸੀਂ 189 ਲਈ ਐਲੀਜੀਬਿਲਟੀ ਨਹੀਂ ਟਾਰਗੇਟ ਕਰਦੇ ਤਾਂ ਇਸ ਵੇਲੇ 189 ਤੇ ਬੜਾ ਫੋਕਸ ਨਾ ਕੀਤਾ ਜਾਵੇ, ਉਹਦੇ ਇਨਵੀਟੇਸ਼ਨ ਬਹੁਤ ਥੋੜੇ ਆ ਰਹੇ। ਫੋਕਸ ਕੀਤਾ ਜਾਵੇ 491 ਜਾਂ 190, ਜਿਹੜਾ ਉਹਦਾ ਕ੍ਰਾਈਟੇਰੀਆ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਉਸ ਲੀ ਤੇ ਪਾ ਲਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਇਨਵੀਟੇਸ਼ਨ ਆ ਜਿਹੜਾ ਸਿਕਿਓਰ ਹੋ ਸਕੇ।